ਵਲੌਗ ਤੇ ਅੱਜ ਦਾ ਹੋਣਾ ਆਪਣੇ ਨਾਲ ਹੋ ਗਿਆ ਸਕੈਮ ਸਕੈਮ ਕਿੱਦਾਂ ਹੋ ਸਕਦਾ ਤੁਸੀਂ ਦੇਖੋ ਮੈਂ ਤੇਰਾ ਸਿਰ ਫੋੜ ਦੂੰਗਾ ਏ ਇਹ ਸ਼ਾਮ ਇਹ ਪਾਗਲ ਮੈਂ ਤੁਹਾਨੂੰ ਦਿਖਾਉਂ ਆਪਾਂ ਮਾਦਮ ਤੋਂ ਮੰਗਾਇਆ ਸੀ ਹਾਜੀ ਤੇ ਮੋਲ ਚੱਲ ਆਪਾਂ ਕਿਹੜਾ ਇੱਡੇ ਬੜੇ ਟਰੇਟਰ ਆ ਐਮਾਜ਼ਨ ਤੋਂ ਮੰਗਾਇਆ ਸੀ ਬੀਨ ਬੈਗ ਬੀਨ ਬੈਗ ਤਾਂ ਉੱਥੇ ਸ਼ੋ ਕਰਦਾ ਵੀ ਫੁੱਲ ਬਣਿਆ ਹੋਇਆ ਬੀਨ ਬੈਗ ਜਿਹਦੇ ਵਿੱਚ ਬੋਲਾਂ ਬੁੱਲਾਂ ਪਾਈਆਂ ਹੁੰਦੀਆਂ ਜਿੱਦਾਂ ਅੱਜ ਡਿਲੀਵਰ ਹੋਣਾ ਸੀ ਅੱਜ ਮੈਨੂੰ ਸਵੇਰੇ ਮੈਸੇਜ ਆਇਆ ਜਦੋਂ ਦੇਖਿਆ ਮੈਂ ਤਾਂ ਮੇਰੇ ਨਾਲ ਸਕੈਮ ਹੋ ਚੁੱਕਿਆ ਸੀਗਾ ਅਤੇ ਮੈਂ ਵੀ ਹੈਰਾਨ ਸੀ ਵੀ 750 'ਚ ਬੀਨ ਬੈਗ ਕੌਣ ਦੇ ਦੂ ਨਾਲ ਟੇਬਲ 'ਤੇ ਇੱਕ ਸਿਰਹਾਣੇ ਦਾ ਕਵਰ ਸਿਰਹਾਣਾ ਜਿਹਾ ਸੀ ਉਹਦੇ ਨਾਲ ਬੀਨ ਬੈਗ ਦੇ ਇਹੀ ਮੈਂ ਹੈਰਾਨ ਸੀ ਜਦੋਂ ਸਵੇਰੇ ਮੈਂ ਸਮਾਰਕ ਜਿਹੜੀ ਡਿਟੇਲ ਲਿਖੀ ਹੁੰਦੀ ਉਹ ਪੜ੍ਹੀ ਉਹਦੇ ਵਿੱਚ ਲਿਖਿਆ ਸੀ ਚੱਲ ਦਿਖਾਉਂਦੇ ਹਾਂ ਯਾਰ ਤੁਹਾਨੂੰ ਅੱਗੇ ਮੈਂ ਖੋਲਿਆ ਨੀ ਮੈਂ ਤੁਹਾਡੇ ਕੋਲ ਬੈਗ ਹੀ ਖੋਲਾਂਗੇ ਬੀਨ ਬੈਗ ਦਾ ਕਵਰ ਆ ਗਿਆ ਹੁਣ ਬੋਲਾਂ ਅਲੱਗ ਤੋਂ ਲੈਣੀਆਂ ਪੈਣਗੀਆਂ ਇਹਦੇ ਵਾਸਤੇ ਚਲੋ ਟੇਬਲ ਆ ਗਿਆ ਸਬਰ ਕਰੋ ਬੋਲਾਂ ਪਾਉਣ ਦੇ ਵਿੱਚ ਦਿੱਤਾ ਹੋਇਆ ਅਤੇ ਪ੍ਰੋਪਰ ਟੇਬਲ ਆਉਂਦਾ ਬੀਨ ਬੈਗ ਦਾ ਅਪਰ ਸਾਈਡ ਆ ਗਈ ਆਹਾਂ ਹੁਣ ਦੇਖਦੇ ਹਾਂ ਬੋਲਾਂ ਕਿੰਨੀ ਦੀਆਂ ਪੈਣਗੀਆਂ ਬੀਨ ਬੈਗ ਦਾ ਟੇਬਲ ਆ ਗਿਆ ਜਿਹੜਾ ਸਟੂਲ 'ਤੇ ਸੀਗਾ ਮੋਰੇ ਅਤੇ ਆ ਗਿਆ ਬੀਨ ਬੈਗ ਪ੍ਰੋਪਰ ਬਹੁਤ ਵਧੀਆ ਲੈਦਰ ਦੀ ਕੁਆਲਿਟੀ ਵੀ ਇਹਦੀ ਵਧੀਆ ਉਹ ਵੀ ਲੱਗਿਆ ਹੁੱਕਾਂ ਹੁੱਕਾਂ ਹੀ ਆ ਬਰਾਬਰ ਬਰਾਬਰ ਫੋਨ ਪਾਉਣ ਨੂੰ ਫਿਰ ਜੇਬ ਦਿੱਤੀ ਪਰ ਜਿਹੜਾ ਗੋਲੀਆਂ ਨੇ ਉਹ ਪਤਾ ਕਰਕੇ ਆਉਂਦਾ ਪਹਿਲਾਂ ਮੇਰੇ ਕੋਲ ਔਨਲਾਈਨ ਚੈੱਕ ਕਰਿਆ ਮੈਂ ਇੱਕ ਬੈਗ ਜਿਹਾ ਮਿਲਦਾ 850-850 ਦਾ ਉਹ ਜਾਇਆ ਨਹੀਂ ਪਤਾ ਵੀ ਹੁਣ ਇੱਕ ਬੀਨ ਬੈਗ ਦੀਆਂ ਨੇ ਦੋ ਬੀਨ ਬੈਗ ਦੀਆਂ ਨੇ ਇਹ 'ਚ ਕਿੰਨੀ ਪਊਗੀ ਇਹ 'ਚ ਉਰੇ ਦਿੱਤੀ ਥੱਲੇ ਜਿੱਪਾਂ ਦਿੱਤੀਆਂ ਗੋਲੀਆਂ ਖਾਣ ਨੂੰ ਨਾਲ ਜਿੱਪ ਵੀ ਦਿੱਤੀ ਨਾਲ ਉਹ ਵੀ ਹੈ ਵੀ ਜਿੱਪ ਲਾ ਸਕਦੇ ਹਾਂ ਨਾਲ ਦੇ ਨਾਲ ਜਿੱਪ ਦੀ ਕੁੰਡੀ ਕਿੱਥੇ ਹੈਗੀ ਲੌਕ ਦਿੱਤਾ ਜਿੱਪ ਦਾ ਵਿੱਚੋਂ ਉਹ ਸਾਇਆ ਜਾ ਪ੍ਰੋਪਰ ਬੀਨ ਬੈਗ ਦੇਖੋ ਸਕੈਮ ਇਹ ਹੋ ਗਿਆ ਬਸ ਵੀ ਇਹਦੇ ਵਿੱਚ ਜਿਹੜੀ ਪੈਰ ਵਾਲੀ ਹੁੰਦੀ ਗੋਲੀਆਂ ਜੀ ਨਹੀਂ ਹੈਗੀ ਮੈਨੂੰ ਤਾਂ ਅਸੀਂ ਕਿਤੇ ਨਾਲ ਦੇਣਗੇ ਮੈਂ ਵੀ ਹੈਰਾਨ ਸੀ ਵੀ ਇੰਨਾ ਸਸਤਾ ਕਿਵੇਂ ਦੇਈ ਜਾਂਦੇ ਨੇ ਬੀਨ ਬੈਗ ਜਦੋਂ ਦੇਖਿਆ ਤਾਂ ਕੁਛ ਹੋਇਆ ਪਿਆ ਸੀ ਸਿਰਹਾਣਾ ਕਿੱਥੇ ਆ ਹਾਂ ਇਹਦਾ ਕੁਛ ਸਿਰਹਾਣਾ ਕਹਿ ਲਓ ਕੀ ਕਹਿ ਲਓ ਹਾਂ ਇਹਨਾਂ ਨੂੰ ਡੀਸੈਂਟ ਦੇ ਦਿੱਤਾ ਯਾਰ ਸਿੰਪਲ ਜਿਹਾ ਇਹ 'ਚ ਨਹੀਂ ਉਵੇਂ ਲਾਇਆ ਜਿੱਪ ਜੁੱਪ ਜੀ ਹਾਂ ਜਿੱਪ ਦਿੱਤੀ ਉਹ ਜਿਵੇਂ ਕਿ ਉੱਤੇ ਕਵਰ ਹੋ ਜਾਂਦਾ ਦੂਜੇ ਲੋਟ ਟੇਪ ਜੀ ਮੂੰਗ ਲੱਗਿਆ ਹੋਇਆ ਐਡਾ ਕਿਹਾ ਸਿਰਹਾਣਾ ਯਾਰ ਮੈਂ ਇਹਦੀ ਬਰਾਬਰ ਫੋਟੋ ਲਾਊਂਗਾ ਵੀ ਕਿੱਦਾਂ ਦਾ ਇਹਨਾਂ ਨੇ ਸ਼ੋਅ ਕਰਿਆ ਸੀ ਅਤੇ ਕਿੱਦਾਂ ਦਾ ਆਪਣੇ ਕੋਲ ਆਇਆ ਟੇਬਲ ਵੀ ਵਧੀਆ ਚੌੜਾ ਜਿਹਾ ਹੁਣ ਪਤਾ ਕਰਕੇ ਆਵਾਂਗੇ ਸ਼ਹਿਰ ਕਿੰਨੇ ਦੀ ਮਿਲਣੀ ਇਹਦੀ ਗੋਲੀਆਂ ਵਧੀਆ ਲੈਦਰ ਦੇ ਨੇ ਸਾਰੀ ਚੀਜ਼ਾਂ ਮੇਰੇ ਕੋਲ ਪਹਿਲਾਂ ਹੁੰਦਾ ਸੀਗਾ ਬੀਨ ਬੈਗ ਪਰ ਉਹ ਸਿੱਟਤਾ ਸਿੱਟ ਮੀਨਜ਼ ਉਹ ਬਹੁਤ ਪੁਰਾਣਾ ਹੋ ਗਿਆ ਸੀ ਗੋਲੀਆਂ ਗਾਲੀਆਂ ਦੀ ਖਰਾਬ ਹੋ ਗਈਆਂ ਸੀ ਅਤੇ ਇਸ ਕਰਕੇ ਉਹ ਸਿੱਟਤਾ ਸੀਗਾ ਬਸ ਇੰਨੀ ਡੀਸੈਂਟ ਜੀ ਵੀਡੀਓ ਸੀਗੀ ਆਪਣੀ ਵਧੀਆ ਲੱਗਿਆ ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਸੀਂ ਵੀ ਇਸ ਸਕੈਮ ਤੋਂ ਬਚੇ ਪਹਿਲਾਂ ਪੜ੍ਹ ਲਿਆ ਕਰੋ ਫਿਰ ਚੀਜ਼ ਮੰਗਾਇਓ ਨਹੀਂ ਤਾਂ ਮੰਗਾਇਓ ਨਾ ਪਹਿਲਾਂ ਦੀ ਫੁੱਲ ਡਿਟੇਲ ਦੇਖ ਲਿਆ ਕਰੋ ਮੈਂ ਦੇਖੀ ਨੇ ਮੈਨੂੰ ਤਾਂ ਚੱਲ ਆਇਆ ਸੀ ਵੀ ਸਸਤਾ ਮਿਲ ਜਾਂਦਾ ਮੈਂ ਲੈ ਲਿਆ ਉਹ ਔਡਰ ਕਰਤਾ ਔਡਰ ਕਰਿਆ ਹੋਇਆ ਹਾਂ ਫਿਰ ਨਿਕਲਿਆ ਪਰ ਊਂ ਬੀਨ ਬੈਗ ਤਾਂ ਆਉਂਦਾ 2,500-3,000 ਤਾਂ ਹੀ ਆਊਗਾ ਜੇ ਸਿੰਗਲ ਬੀਨ ਬੈਗ ਲੈਣਾ ਅਤੇ ਇਹਦੇ ਮੈਂ ਫੁੱਲ ਵੀ ਦੇਖਿਆ ਜੀ 3,500 ਰੁਪਏ ਲਿਖਿਆ ਜੀ ਮੈਂ ਦੇਖ ਕੇ ਦੱਸ ਦਿਉ ਤੁਹਾਨੂੰ ਮੈਂ ਬਰਾਬਰ ਲਾ ਦੂੰਗਾ ਅਤੇ ਦੱਸਿਓ ਕਿੱਦਾਂ ਲੱਗੀ ਵੀਡੀਓ ਤੁਸੀਂ ਲੱਗੇ ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਹਾਂਜੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਪਤਾ ਲੱਗੇ ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਤੁਸੀਂ ਬੱਚਿਓ ਸਮਾਰਕ ਦੇਖ ਲਿਆ ਕਰੋ ਬੱਚਣਾ ਤਾਂ ਕੀ ਆ ਬਦੀ ਸਹੀ ਹੈ ਕੰਮ ਉਹ ਜੀ ਆਪਾਂ ਗੋਲੀਆਂ ਮੰਗਾ ਲਾਂਗੇ ਉਹਨਾਂ ਦੀ ਹੋਰ ਤੁਮਰੇ ਕੋਲ ਲਿਆਵਾਂਗੇ ਇੱਥੇ ਤਾਂ ਸਸਤੀਆਂ ਮਿਲ ਜਾਣਗੀਆਂ
ਬਸ ਇਹੀ ਮੇਰਾ ਸੀਗਾ ਤੇ ਇੱਕ ਤੁਹਾਨੂੰ ਦਿਖਾਉਣਾ ਸੀ ਵੀ ਆਪਾਂ ਕੀ ਆਰਡਰ ਕਰਿਆ ਸੀ ਦੱਸੋ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਕੁਛ ਵੀ ਵਧੀਆ ਲੱਗਿਆ ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰ ਲਓ।